ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਦਾ ਸੋਸ਼ਲ ਮੀਡੀਆ ਪਲੇਟਫਾਰਮ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਨਿੰਦਰ ਕੌਰ। ਅੱਤ ਦੀ ਗਰਮੀ ਦੇ ਵਿੱਚ ਲੋਕ ਠੰਡੀ ਸ਼ਰਦਾਈ ਦਾ ਸੇਵਨ ਕਰ ਰਹੇ ਨੇ। ਦਿਨ ਬ ਦਿਨ ਵੱਧਦੀ ਗਰਮੀ ਕਾਰਨ ਲੋਕਾਂ ਦੇ ਵਿੱਚ ਸ਼ਰਦਈ ਦੀ ਡਿਮਾਂਡ ਵਧਣ ਲੱਗੀ ਹੈ। ਉੱਥੇ ਹੀ ਫਿਰੋਜ਼ਪੁਰ ਮੋਗਾ ਰੋਡ ਤੇ ਦੋ ਨਿਹੰਗ ਸਿੰਘਾਂ ਦੇ ਵੱਲੋਂ ਸ਼ਰਦਈ ਬਣਾ ਕੇ ਵੇਚੀ ਜਾ ਰਹੀ ਹੈ, ਜਿਸ ਦੌਰਾਨ ਲੋਕਾਂ ਦਾ ਵੱਡਾ ਇਕੱਠ ਵੇਖਣ ਨੂੰ ਮਿਲਿਆ। ਕੀ ਨਾਮ ਹੈ ਤੁਹਾਡਾ? ਜੈਦਾਰ ਅਮਰੀਕ ਸਿੰਘ ਹੈ ਜੀ। ਹਾਂਜੀ ਬਾਬਾ ਜੀ, ਕਿੱਥੇ ਖੋਲੇ ਹੈਗਾ ਜੀ? ਇਹ ਫਿਰੋਜ਼ਪੁਰ ਮੋਗਾ ਰੋਡ ਦੇ ਉੱਪਰ ਹੈ ਜੀ। ਕਿਵੇਂ ਬਾਬਾ ਜੀ ਇਹ ਬਣਦੀ ਹੈਗੀ ਹੈ? ਇਹਦੀ ਤਸੀਰ ਵੀ ਠੰਡੀ ਹੁੰਦੀ ਹੈ? ਹਾਂਜੀ ਹਾਂਜੀ ਬਿਲਕੁਲ ਜੀ, ਇਹਨਾਂ ਦੀ ਤਸੀਰ ਬਹੁਤ ਵਧੀਆ ਠੰਡੀ ਹੁੰਦੀ ਆ। ਤਕਰੀਬਨ ਜਿੰਨੇ ਡਰਾਈ ਫਰੂਟ ਹੈਗੇ ਆ, 8-9 ਡਰਾਈ ਫਰੂਟ ਤਿਆਰ ਕਰਕੇ ਉਹਨਾਂ ਤੋਂ ਉਹਨਾਂ ਦਾ ਸੱਦ ਕੱਢ ਕੇ ਸ਼ਰਦਾਈ ਤਿਆਰ ਹੁੰਦੀ ਆ ਜੀ। ਕੀ ਕੁਛ ਪੈਂਦਾ ਹੈਗਾ ਇਹਦੇ ਵਿੱਚ? ਕਾਜੂ, ਬਦਾਮ, ਖਸਖਾਸ, ਕਾਲੀ ਮਿਰਚ, ਇਲਾਇਚੀ ਛੋਟੀ, ਸੌਂਫ, 3-4 ਮਗਜ਼ ਪੈਂਦੇ ਆ ਜੀ। ਹਾਂਜੀ, ਪੁਰਾਤਨ ਮਰਜ਼ਾਦਾ ਅਨੁਸਾਰ ਜਿੱਦਾਂ ਕਿ ਭਲਵਾਨੀ ਕਰਦੇ ਸੀ ਲੋਕ, ਉਹ ਵੀ ਇਹਨੂੰ ਰਗੜ ਕੇ ਪੀਂਦੇ ਸੀਗੇ, ਅਤੇ ਜਿੱਦਾਂ ਨਿਹੰਗ ਸਿੰਘ ਦਲ ਪੰਥਾਂ ਦੇ ਵਿੱਚ ਵੀ ਇਹ ਚੀਜ਼ ਚੱਲਦੀ ਸੀਗੀ। ਲੋਕ ਇਹ ਚੀਜ਼ ਨੂੰ ਬਹੁਤ ਵਧੀਆ ਪਸੰਦ ਕਰ ਰਹੇ ਆ ਜੀ। ਕਿੰਨੀ ਦੇਰ ਲੱਗ ਜਾਂਦੀ ਹੈਗੀ ਹੈ ਇੱਕ ਵਾਰੀ? ਇੱਕ ਵਾਰੀ ਘੋਟਾ ਲਾਉਣ ਦੇ ਨਾਲ ਅੱਧਾ ਪੌਣਾ ਘੰਟਾ ਲੱਗ ਜਾਂਦਾ ਜੀ। ਬੜੀ ਮਿਹਨਤ ਲੱਗਦੀ। ਹਾਂਜੀ ਹਾਂਜੀ ਬਿਲਕੁਲ ਜੀ। ਨਿੰਮ ਦਾ ਇਸਤੇਮਾਲ ਹੁੰਦਾ? ਜਿਹੜਾ ਸਲੋਤਰ ਆ ਜੀ, ਕਹਿਣ ਦਾ ਭਾਵ ਘੋਟਣਾ, ਉਹਨੂੰ ਅਸੀਂ ਨਿੰਮ ਦਾ ਤਿਆਰ ਕਰਵਾਉਂਦੇ ਹਾਂ ਜੀ, ਅਤੇ ਚੱਕੀ ਦੇ ਪੁੱਟ ਦਾ ਕੁੰਡਾ ਤਿਆਰ ਹੁੰਦਾ ਜੀ, ਜਿਹਨੂੰ ਸੁਨਹਿਰਾ ਕਹਿ ਦਿੰਦੇ ਆ ਜੀ। ਨਿੰਮ ਸਿੰਘ ਜਿੱਥੇ ਹਾਂਜੀ ਕਾਫੀ ਭਾਰਾ ਹੁੰਦਾ ਜੀ, 40-50 ਕਿਲੋ ਦਾ ਹੁੰਦਾ ਜੀ। ਕੀ ਨਾਮ ਵੀਰੇ? ਸਰਬਜੀਤ ਸਿੰਘ ਜੀ। ਗਰਮੀ ਕਿੰਨੀ ਪੈ ਰਹੀ ਹੈ? ਬਹੁਤ ਜ਼ਿਆਦਾ ਗਰਮੀ ਹੈ ਜੀ। ਕਾਫੀ ਗਰਮੀ ਪੈ ਰਹੀ ਹੈ? ਬਹੁਤ ਜ਼ਿਆਦਾ ਜੀ। ਸਰਦਾਈ ਪੀਤੀ, ਇਹਦੇ ਨਾਲ ਥੋੜ੍ਹੀ ਜਿਹੀ ਰਾਹਤ ਮਿਲੀ ਹੈ ਜੀ, ਠੰਡੀ ਹੁੰਦੀ ਹੈ ਜੀ, ਦਿਮਾਗ ਨੂੰ ਵੀ ਤਰੋ ਤਾਜ਼ਾ ਕਰਦੀ ਹੈ ਜੀ। ਅਤੇ ਬਾਕੀ ਹਾਂਜੀ, ਬਦਾਮ, ਕਾਜੂ ਅਤੇ ਕਾਫੀ ਕੁਛ ਪੈਂਦਾ ਜਿਹਦੇ ਨਾਲ ਮਿਹਨਤ ਬਹੁਤ ਲੱਗਦੀ ਹੈ ਜੀ। ਬਾਕੀ ਇਹਦੇ ਫਾਇਦੇ ਬਹੁਤ ਹੈ, ਇਹ ਸਰੀਰ ਨੂੰ ਤਾਕਤ ਦਿੰਦੀ ਆ, ਗਰਮੀ ਤੋਂ ਰਾਹਤ ਮਿਲਦੀ ਆ, ਅਤੇ ਬਹੁਤ ਵਧੀਆ। ਅਤੇ ਬਾਕੀ ਚੀਜ਼ਾਂ ਨਾਲੋਂ ਵੀ ਇਹ ਜਿਹੜੀ ਆਪਾਂ ਹੋਰ ਚੀਜ਼ਾਂ ਕੋਈ ਖਾਣੇ ਬਾਜ਼ਾਰਾਂ 'ਚ ਜਾ ਕੇ ਉਹਨਾਂ ਨਾਲੋਂ ਇਹ ਬਹੁਤ ਲਾਹੇਵੰਦ ਹੈ ਜੀ, ਅਤੇ ਪੀਣੀ ਚਾਹੀਦੀ ਆ। ਵੱਧ ਤੋਂ ਵੱਧ ਲੋਕਾਂ ਨੂੰ ਇਹਦਾ ਚੀਜ਼ ਦਾ ਸੇਵਨ ਕਰਨਾ ਚਾਹੀਦਾ। ਕੀ ਨਾਮ ਅੰਕਲ ਤੁਹਾਡਾ ਪੂਰਾ? ਮੇਰਾ ਸੁਸ਼ੀਲ ਕੁਮਾਰ ਸ਼ਰਮਾ। ਅੰਕਲ, ਗਰਮੀ ਕਿੰਨੀ ਕੁ ਹੈਗੀ ਹੈ? ਗਰਮੀ ਤਾਂ ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਲੂਹ ਪੈਂਦੀ ਪਈ ਆ। ਤਾਂ ਕਿਵੇਂ ਬਚਾਅ ਕਰ ਰਹੇ ਹੋ ਗਰਮੀ ਤੋਂ? ਮੈਂ ਤਾਂ ਮਾਸਾ ਟੋਪੀ ਲਾਈ ਹੋਈ ਆ ਸਿਰ ਤੇ, ਨਾਲ ਸਮਾਂ ਸੋਵਾ ਲੈ ਲਈ ਦਾ, ਮੈਂ ਹੁਣ ਲੈ ਕੇ ਨਹੀਂ ਆਇਆ। ਮੈਂ ਸ਼ਰਦਾਈ ਪੀਤੀ ਹੈ। ਹਾਂਜੀ ਹਾਂਜੀ। ਇਹਦੇ 'ਚ ਕੀ ਕੁਛ ਹੈਗਾ? ਇਹਦੇ 'ਚ ਬੜਾ ਕੁਛ ਹੈ, ਵਿੱਚ ਬਦਾਮ, ਕਾਜੂ, ਕਾਲੀਆਂ ਮਿਰਚਾਂ, ਹੋਰ ਬੜਾ ਕੁਛ ਹੈਗਾ, ਕਾਫੀ ਕੁਛ ਹੈਗਾ। ਵਿੱਚ ਸਰੀਰ ਦੇ ਵਾਸਤੇ ਫਾਇਦੇਮੰਦ? ਹਾਂ, ਬਹੁਤ ਫਾਇਦੇਮੰਦ, ਬਹੁਤ ਫਾਇਦੇਮੰਦ। ਲੇਟੈਸਟ ਵੀਡੀਓਜ਼ ਵੇਖਣ ਲਈ ਵੇਖਦੇ ਰਹੋ ਜਸ ਪੰਜਾਬੀ, ਤੇ ਮੈਨੂੰ ਮਨਿੰਦਰ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।